ਜੀ ਹੈਗਾ ਗਾਜ਼ੀ 65 horsepower ਅਤੇ ਇਹਨੇ ਉੱਠਣਾ ਜਨਾਬ, ਅਤੇ ਇਹਦੇ ਵਾਸਤੇ ਇਹਦੇ ਉਹਦੇ ਉੱਤੇ ਬੰਦੇ ਖੜ੍ਹੇ ਕਰਨੇ ਆ, ਉਹ ਜੰਗਲੇ ਦੇ ਉੱਤੇ ਬਿਠਾ ਦਿੱਤਾ ਜੀ। ਅਸਲਾਮ ਵਾਲੇਕੁਮ ਦੋਸਤੋ, ਕਰੋ ਜੀ ਵਲੋਗਸ ਮੈਂ ਖੁਸ਼ ਆਮਦੀਦ। ਦੋਸਤੋ ਅੱਜ ਗਾਜ਼ੀ ਨਾਲ ਦੇਖ ਲਓ ਜੀ, ਗੰਨਾ ਤਾਰਾਂ ਸਾਹ ਜੀ ਕੱਸ ਰਹੇ ਆ, ਅਤੇ ਇੱਥੋਂ ਕੱਢਣਾ ਬਾਹਰ ਜੀ ਇਹਨੂੰ, ਉਹ ਉੱਥੇ ਤੱਕ ਜਿਹੜਾ ਨਾ ਇਹਦੇ ਵਿੱਚ ਦੀ ਕਣਕ 'ਤੇ ਲੈ ਕੇ ਜਾਣਾ। ਅਤੇ ਇਹ ਦੇਖ ਲਓ ਜੀ ਗਾਜ਼ੀ ਹੈਗਾ 65 horsepower ਡਿਸਕ ਬਰੇਕ ਵਾਲਾ, ਅਤੇ ਦੂਸਰੀ ਸਾਈਡ ਤੋਂ ਇਹਦਾ ਤੁਹਾਨੂੰ ਦਿਖਾਉਂਦੇ ਪੰਪ। ਅਤੇ ਇਹ ਉਸਤਾਦ ਜੀ ਮਾਲਕ ਆ ਜੀ ਇਹ ਗੱਡੀ ਦੇ, ਅਤੇ ਤਾਰਾਂ ਕੱਸ ਰਹੇ ਆ, ਜਿੰਨੀ ਦੇਰ ਤੱਕ ਤਾਰਾਂ ਕੱਸ ਰਹੇ ਜੀ ਤੁਹਾਨੂੰ ਗੱਡੀ ਥੋੜ੍ਹੀ ਜਿਹੀ ਦਿਖਾ ਦਿੰਦੇ ਹਾਂ। ਟਰੈਕਟਰ ਇਹ ਦੇਖ ਲਓ ਜੀ, ਇਹ ਇਹਦਾ ਪੰਪ ਆ, ਅਤੇ ਮੇਰਾ ਖਿਆਲ ਹੈ ਜੀ ਕਿ ਇਹ ਪਲੰਜਰੀ ਪੰਪ ਆ ਸ਼ਾਇਦ। ਅਤੇ ਇਹ ਗੰਨੇ ਦੇ ਬਾਰੇ ਜ਼ਰੂਰ ਦੱਸੋ ਜੀ ਕਿੰਨਾ ਖਾਊਗਾ, ਇਹ ਦੇਖ ਸਕਦੇ ਹੋ ਤੁਸੀਂ। ਅਗਲੀ ਸਾਈਡ ਤੋਂ ਦੇਖ ਲਓ ਜੀ, ਇੰਨਾ ਗੰਨਾ ਇਹਦੇ ਇੱਥੇ ਲੱਦਿਆ ਹੋਇਆ। ਲਓ ਜੀ ਟਰੈਕਟਰ ਸਟਾਰਟ ਹੋ ਚੁੱਕਿਆ, ਅਤੇ ਸਾਹ ਜੀ ਹੁਣ ਇੱਥੋਂ ਕੱਢਣਗੇ ਗੰਨਾ ਜੀ, ਅਤੇ ਦੇਖੀਏ ਗਾਜ਼ੀ ਕੀ ਕਰਦਾ, ਅੱਲਾ ਖੈਰ ਕਰੇ। ਅਤੇ ਟਰੈਕਟਰ ਨੂੰ ਪਹਿਲੇ ਥੋੜ੍ਹੀ ਦੇਰ ਸਟਾਰਟ ਕਰਕੇ ਖੜ੍ਹਾ ਕਰ ਦਿੱਤਾ ਜੀ, ਤਾਂ ਕਿ ਟਰੈਕਟਰ ਜਿਹੜਾ ਵਾ ਹਰ ਜਗ੍ਹਾ 'ਤੇ ਇਹਦਾ ਮੋਬਾਇਲ ਜਿਹੜਾ ਹਰ ਜਗ੍ਹਾ 'ਤੇ ਪਹੁੰਚ ਜਾਵੇ, ਅਤੇ ਫਿਰ ਇਹਦੇ ਕੋਲ ਜ਼ੋਰ ਲਵਾਉਣਗੇ ਜੀ, ਅੱਲਾ ਖੈਰ। ਲਓ ਜੀ ਇਹ ਹੈਗਾ ਗਾਜ਼ੀ 65 horsepower ਅਤੇ ਇਹਨੇ ਉੱਠਣਾ ਜਨਾਬ, ਅਤੇ ਇਹਦੇ ਵਾਸਤੇ ਇਹਦੇ ਉਹਦੇ ਉੱਤੇ ਬੰਦੇ ਖੜ੍ਹੇ ਕਰਨੇ ਆ, ਉਹ ਜੰਗਲੇ ਦੇ ਉੱਤੇ ਬਿਠਾ ਦਿੱਤਾ ਜੀ। ਮਾਸ਼ਾਅੱਲਾ ਜੀ, ਇਹ ਦੇਖ ਲਓ ਜੀ ਉਸਤਾਦ ਜੀ ਨੇ ਮੋੜ ਕਿੱਥੋਂ ਕੱਟਿਆ, ਇਧਰਲੀ ਸਾਈਡ 'ਤੇ ਹੈਗਾ ਖਾਲਾ, ਇਹ ਦੇਖ ਲਓ, ਅਤੇ ਖਾਲੇ ਦੇ ਵਿੱਚੋਂ ਹੋ ਕੇ ਨਿਕਲਿਆ ਟਾਇਰ ਜੀ। ਮਾਸ਼ਾਅੱਲਾ ਸਹੀ ਸਲਾਮਤ ਨਿਕਲ ਗਈ ਆ, ਟਰੈਕਟਰ ਨੇ ਜ਼ੋਰ ਵੀ ਠੀਕ ਲਾਇਆ, ਗੰਨਾ ਵੀ ਸਹੀ ਲੱਦਿਆ ਸੀਗਾ। ਲਓ ਜੀ ਤੁਹਾਨੂੰ ਇਸ ਗਾਜ਼ੀ ਦੀ ਪਰਫੋਰਮੈਂਸ ਕਿੱਦਾਂ ਦੀ ਲੱਗੀ ਜੀ, ਕਮੈਂਟ 'ਚ ਜ਼ਰੂਰ ਦੱਸਿਓ, ਅੱਛੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ।